ਜਿੱਥੇ ਦੇਸ਼ ਦੁਨੀਆ ਦੇ ਵਿੱਚ ਮਹਾਸ਼ਿਵਰਾਤਰੀ ਦਾ ਉਤਸਵ ਬੜੀ ਹੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਹੈ, ਉੱਥੇ ਹੀ ਇਸ ਸ਼ਿਵਰਾਤਰੀ ਉਤਸਵ ਦੇ ਸੰਬੰਧ ਦੇ ਵਿੱਚ ਗੜਸ਼ੰਕਰ ਦੇ ਪਿੰਡ ਸੰਤਨੌਰ ਵਿਖੇ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ। ਤੁਹਾਨੂੰ ਦੱਸ ਦਈਏ ਕਿ ਇਹ ਸ਼ੋਭਾ ਯਾਤਰਾ ਪਿੰਡ ਸਤਨੌਰ ਦੇ ਸ਼ਿਵ ਮੰਦਿਰ ਤੋਂ ਸ਼ੁਰੂ ਹੋ ਕੇ ਆਲੇ ਦੁਆਲੇ ਦੇ ਪਿੰਡਾਂ ਦੇ ਵਿੱਚ ਹੁੰਦੀ ਹੋਈ ਵਾਪਿਸ ਸ਼ਿਵ ਮੰਦਿਰ ਸਤਨੌਰ ਵਿਖੇ ਸਮਾਪਤ ਹੋਈ। ਇਸ ਸ਼ੋਭਾ ਯਾਤਰਾ ਦੇ ਵਿੱਚ ਭਗਵਾਨ ਦੀਆਂ ਸੁੰਦਰ ਝਾਂਕੀਆਂ ਖਿੱਚ ਦਾ ਕੇਂਦਰ ਬਣੀਆਂ ਰਹੀਆਂ ਤੇ ਸ਼ਿਵ ਭਗਤਾਂ ਵੱਲੋਂ ਥਾਂ ਥਾਂ ਤੇ ਲੰਗਰ ਵੀ ਲਗਾਏ ਗਏ। ਸ਼ੋਭਾ ਯਾਤਰਾ ਦੌਰਾਨ ਸ਼ਿਵ ਭਗਤਾਂ ਵੱਲੋਂ ਭਗਵਾਨ ਸ਼ਿਵ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ। ਉੱਥੇ ਹੀ ਪ੍ਰਬੰਧਕ ਕਮੇਟੀ ਨੇ ਇਸ ਸ਼ੋਭਾ ਯਾਤਰਾ ਨੂੰ ਸਫਲ ਬਣਾਉਣ ਦੇ ਵਿੱਚ ਦਾਨੀ ਵੀਰਾਂ ਦਾ ਧੰਨਵਾਦ ਵੀ ਕੀਤਾ। ਔਰ ਪਿੰਡ ਜਿਹੜਾ ਕਿ ਤਹਿਸੀਲ ਗੜਸ਼ੰਕਰ ਜਿਹੜਾ ਹੁਸ਼ਿਆਰਪੁਰ ਦਾ ਇੱਕ ਆਦਿ ਇਤਿਹਾਸਿਕ ਪੁਰਾਣਾ ਪਿੰਡ ਹੈ। ਇੱਥੇ 286 ਸਾਲ ਤੋਂ ਸਾਡੇ ਲਗਾਤਾਰ ਸ਼ਿਵਰਾਤਰੀ ਦਾ ਉਤਸਵ ਮੰਨਦਾ। ਹੁਣ ਕੁਛ ਸਾਲਾਂ ਤੋਂ ਸਾਡੇ ਇੱਕ ਵੱਡਾ ਮੰਦਰ ਜਿਹੜਾ 1986 ਦੇ ਵਿੱਚ ਬਣਿਆ, ਉੱਥੋਂ ਲੈ ਕੇ ਹਰ ਲਗਾਤਾਰ ਹੀ ਸਾਡੇ ਸ਼ੋਭਾ ਯਾਤਰਾ ਔਰ ਥੈਂ ਥੈਂ ਲੰਗਰ ਚਲਾਏ ਜਾਂਦੇ ਹੈ। ਉਹ ਅੱਜ ਸਾਡੇ ਪਿੰਡ ਦੀ ਸ਼ੋਭਾ ਯਾਤਰਾ ਜਿਹੜੀ ਕਿ 7 ਤਰੀਕ ਨੂੰ ਅਸੀਂ ਰੱਖੀ ਹੈ, 8 ਤਰੀਕ ਨੂੰ ਸਾਡੇ ਸਾਰਿਆਂ ਦਾ ਵਰਤ ਹੋਣ ਕਰਕੇ ਅਸੀਂ ਇੱਕ ਦਿਨ ਪਹਿਲਾਂ ਰੱਖੀ ਦੀ ਹੈ। ਅੱਜ ਸਾਡੇ ਗੜਸ਼ੰਕਰ ਭਗਵਾਨ ਕੀ ਜੈ। ਅੱਜ ਪਿੰਡ ਸਤਨੌਰ ਦੇ ਵਿੱਚ ਭਗਵਾਨ ਸ਼ੰਕਰ ਜੀ ਦੀ ਮਹਾਸ਼ਿਵਰਾਤਰੀ ਦੇ ਮੌਕੇ ਅੱਜ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ। ਇਹ ਸ਼ੋਭਾ ਯਾਤਰਾ ਵੱਖ ਵੱਖ ਪਿੰਡਾਂ ਅਤੇ ਸ਼ਹਿਰਾਂ ਤੋਂ ਹੁੰਦੀ ਹੋਈ ਪਿੰਡ ਸਤਨੌਰ ਪ੍ਰਿਥਵੀ ਨਾਥ ਮੰਦਿਰ ਦੇ ਵਿੱਚ ਆ ਕੇ ਜਿੱਥੇ ਕਿ ਵਿਸ਼ਰਾਮ ਕਰੇਗੀ। ਅਸੀਂ ਧੰਨਵਾਦ ਕਰਦੇ ਹਾਂ ਸਮੂਹ ਇਲਾਕਾ ਨਿਵਾਸੀਆਂ ਦਾ ਜੋ ਇਸ ਮਹਾਸ਼ਿਵਰਾਤਰੀ ਦੇ ਉਤਸਵ 'ਤੇ ਵੱਧ ਚੜ੍ਹ ਕੇ ਹਿੱਸਾ ਲੈ ਰਹੇ ਨੇ। ਅੱਜ ਜਗ੍ਹਾ ਜਗ੍ਹਾ ਸ਼ਿਵ ਭਗਤਾਂ ਵੱਲੋਂ ਲੰਗਰ ਲਗਾਏ ਗਏ ਨੇ। ਧੰਨਵਾਦ ਕਰਦੇ ਸਮੂਹ ਨਗਰ ਨਿਵਾਸੀਆਂ ਦਾ, ਸਮੂਹ NRI ਦਾ ਜੋ ਇਸ ਮਹਾਸ਼ਿਵਰਾਤਰੀ ਦੇ ਵਿੱਚ ਵੱਧ ਚੜ੍ਹ ਕੇ ਹਿੱਸਾ ਪਾ ਰਹੇ ਨੇ। ਬੋਲ ਸ਼ੰਕਰ ਭਗਵਾਨ ਕੀ ਜੈ। ਗੜਸ਼ੰਕਰ ਤੋਂ ਬਿੱਟੂ ਚੌਹਾਨ ਦੀ ਰਿਪੋਰਟ।